हाय एवरीवन, वेलकम बैक टू माय चैनल। मैं आ सिमरन। उम्मीद करते हैं तुसी सारे बहुत वधिया होवोगे। अज दी जिहड़ी वीडियो आ उहदे च मैं थोड़े नाल शेयर करन लगी हां ओह ऑयल जिहड़ा कि मैं अपने इन्हां लोंग हेयरस दे लई यूज करदी हां। ते जिहड़े भी मेरे चैनल ते नवें ने ਉਹ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਵੀ ਕਰਿਓ। ਐਂਡ ਜੇ ਤੁਸੀਂ ਆਪਣੇ ਵਾਲਾਂ ਨੂੰ ਸਮੂਦ, ਸੌਫਟ, ਲੌਂਗ ਅਤੇ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਬਹੁਤ ਹੀ ਇੰਪੋਰਟੈਂਟ ਗੱਲਾਂ ਦੱਸਣ ਜਾ ਰਹੀ ਹਾਂ। ਐਂਡ ਬਿਨਾਂ ਕਿਸੇ ਦੇਰੀ ਦੇ ਚਲੋ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜਿਹੜੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੇਲ ਦੱਸੂੰਗੀ, ਉਹ ਦੋ ਤੇਲ ਨੇ, ਤੁਹਾਨੂੰ ਈਜ਼ੀਲੀ ਕਿਸੇ ਵੀ ਮਾਰਕੀਟ, ਕਿਸੇ ਵੀ ਮੈਡੀਕਲ ਸਟੋਰ ਤੋਂ ਅਵੇਲੇਬਲ ਹੋ ਜਾਣਗੇ। ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਹੈਗੇ ਉਹ ਆਇਲ, ਤੁਸੀਂ ਬਹੁਤ ਹੀ ਈਜ਼ੀਲੀ ਸੌਖੇ ਤਰੀਕੇ ਨਾਲ ਉਹਨਾਂ ਨੂੰ ਲੈ ਸਕਦੇ ਹੋ। ਅਤੇ ਜਿਹੜਾ ਆਇਲ ਯੂਜ਼ ਕਰਨਾ ਵਾ ਉਹ ਹੈਗਾ ਪੈਰਾਸ਼ੂਟ ਦਾ ਕੋਕੋਨਟ ਆਇਲ, ਐਂਡ ਜਿਹੜਾ ਦੂਜਾ ਆਇਲ ਯੂਜ਼ ਕਰਨਾ ਉਹ ਹੈਗਾ ਵਾ ਓਲਿਵ ਆਇਲ। ਫਰੈਂਡਸ, ਮੈਂ ਆਹ ਵਾਲਾ ਕੋਕੋਨਟ ਆਇਲ ਯੂਜ਼ ਕਰੂੰਗੀ, ਪੈਰਾਸ਼ੂਟ ਕੋਕੋਨਟ ਆਇਲ। ਤੁਸੀਂ ਵੀਡੀਓ ਦੇ ਵਿੱਚ ਧਿਆਨ ਨਾਲ ਦੇਖ ਲਓ। ਵੈਸੇ ਕੋਕੋਨਟ ਆਇਲ ਕਾਫੀ ਬ੍ਰਾਂਡਸ ਦੇ ਵਿੱਚ ਆਉਂਦੇ ਨੇ, ਪਰ ਮੈਂ ਇਹੀ ਯੂਜ਼ ਕਰਦੀ ਆ ਰਹੀ ਹਾਂ ਕਾਫੀ ਟਾਈਮ ਤੋਂ, ਅਤੇ ਮੇਰਾ ਪਰਸਨਲ ਐਕਸਪੀਰੀਅੰਸ ਆ, ਮੈਨੂੰ ਇਹ ਤੋਂ ਬੈਸਟ ਆਇਲ ਕੋਈ ਹੋਰ ਲੱਗਦਾ ਹੀ ਨਹੀਂ। ਜਿਹੜਾ ਨੈਕਸਟ ਆਇਲ ਯੂਜ਼ ਕਰਨਾ ਉਹ ਹੈਗਾ ਵਾ ਆਪਣਾ ਓਲਿਵ ਆਇਲ, ਉਹ ਹੈਗਾ ਫਿਗਾਰੋ ਦਾ। ਵੀਡੀਓ ਵਿੱਚ ਦੇਖ ਲਓ ਧਿਆਨ ਨਾਲ, ਤੁਸੀਂ ਵੀ ਇਹੀ ਯੂਜ਼ ਕਰਿਓ। ਫਰੈਂਡਸ, ਕੋਕੋਨਟ ਆਇਲ ਨੂੰ ਨਾ ਥੋੜ੍ਹਾ ਜ਼ਿਆਦਾ ਕੁਆਂਟਿਟੀ 'ਚ ਰੱਖਣਾ, ਅਤੇ ਜਿਹੜਾ ਓਲਿਵ ਆਇਲ ਆ ਉਹ ਇਹਦਾ ਸਿਰਫ ਇੱਕ ਹਿੱਸਾ ਆਪਾਂ ਓਲਿਵ ਆਇਲ ਐਡ ਕਰਨਾ ਵਾ, ਜ਼ਿਆਦਾ ਨਹੀਂ ਕਰਨਾ। ਅਤੇ ਦੋਨਾਂ ਨੂੰ ਨਾ ਚੰਗੀ ਤਰ੍ਹਾਂ ਜਦੋਂ ਆਪਾਂ ਮਿਕਸ ਕਰਕੇ ਆਪਣੀ ਸਕੈਲਪ 'ਤੇ ਐਨ ਪ੍ਰੋਪਰ ਮਸਾਜ ਕਰਾਂਗੇ, ਇਸ ਆਇਲ ਦੇ ਨਾਲ ਸਾਰੀਆਂ ਹੇਅਰ ਪ੍ਰੋਬਲਮਸ ਠੀਕ ਹੋ ਜਾਣਗੀਆਂ। ਡੈਂਡਰਫ ਦੀ, ਵਾਲ ਝੜਨ ਦੀ, ਅਗਰ ਗੰਜਾਪਨ ਆ ਉਹਦੀ ਵੀ ਪ੍ਰੋਬਲਮ ਠੀਕ ਹੋ ਜੂ, ਵਧਣੇ ਸ਼ੁਰੂ ਹੋ ਜਾਣਗੇ, ਤਾਂ ਬਹੁਤ ਹੀ ਮਤਲਬ ਕਿ ਰਾਮਬਾਣ ਆ, ਇਹ ਤੋਂ ਬੈਸਟ ਕੁਛ ਨਹੀਂ ਹੈਗਾ। ਐਨ ਸਭ ਤੋਂ ਸੁਪਰ ਫਾਸਟ ਹੇਅਰ ਗਰੋਥ ਆ, ਹੈਲਦੀ ਰੱਖਣ ਲਈ ਐਨ ਸਭ ਤੋਂ ਵਧੀਆ ਚੀਜ਼ ਆ ਇਹ। ਫਰੈਂਡਸ, ਹੁਣ ਮੈਂ ਅਪਲਾਈ ਕਰਨ ਲੱਗੀ ਹਾਂ ਇਹ ਆਇਲ ਆਪਣੇ ਵਾਲਾਂ 'ਤੇ, ਅਤੇ ਜਦੋਂ ਤੁਸੀਂ ਮਸਾਜ ਕਰਨੀ ਆ ਤਾਂ ਤੁਹਾਡੇ ਜਿਹੜੇ ਨੇਲਸ ਨੇ ਉਹ ਨਾ ਹੋਣ। ਜੇ ਤੁਹਾਡੇ ਨੇਲਸ ਨੇ ਤਾਂ ਤੁਸੀਂ ਆਪਣੇ ਕਿਸੇ ਵੀ ਮਤਲਬ ਕਿ ਆਪਣੇ ਮਦਰ ਤੋਂ ਮਸਾਜ ਲੈ ਸਕਦੇ ਹੋ, ਬਟ ਨੇਲਸ ਨਾ ਹੋਣ, ਕਿਉਂਕਿ ਨੇਲਸ ਕਾਫੀ ਤਿੱਖੇ ਹੁੰਦੇ ਆ ਅਤੇ ਆਪਣੀ ਸਕੈਲਪ ਨੂੰ ਹੈ ਨਾ ਖਰਾਬ ਕਰ ਸਕਦੇ ਨੇ। ਇਸ ਕਰਕੇ ਟਿਪਸ ਦੇ ਨਾਲ ਆਪਾਂ ਜੈਂਟਲੀ ਮਸਾਜ ਕਰਨੀ ਆ, ਅਤੇ ਇੱਦਾਂ ਮੈਂ ਕਰੂੰਗੀ, ਤੁਸੀਂ ਦੇਖ ਲਿਓ ਪ੍ਰੋਪਰ ਜਿਹੜੀ ਹੈ ਸਕੈਲਪ 'ਤੇ ਐਨ ਵਧੀਆ ਮਸਾਜ ਕਰਨੀ ਆ, ਤਾਂ ਜੋ ਜਿਹੜੀ ਤੁਹਾਡੇ ਫੋਲੀਕਲਸ ਨੇ, ਹੇਅਰ ਫੋਲੀਕਲਸ, ਉਹ ਐਕਟੀਵੇਟ ਹੋ ਸਕਣ। ਆਪਾਂ ਇਹਨਾਂ ਨੂੰ ਐਕਟੀਵੇਟ ਕਰਨਾ ਤਾਂ ਜੋ ਇਹਨਾਂ ਨੂੰ ਪੂਰਾ ਪ੍ਰੋਪਰ ਨਿਊਟ੍ਰੀਐਂਟਸ ਮਿਲ ਜਾਣ ਆਪਣੀ ਬੋਡੀ 'ਚ, ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਉਹਦੇ ਨਿਊਟ੍ਰੀਐਂਟਸ, ਤਾਂ ਜੋ ਜਿਹੜੀ ਹੇਅਰ ਗਰੋਥ ਫਾਸਟ ਹੋ ਸਕੇ। ਫਰੈਂਡਸ, ਤੁਸੀਂ ਨਾ ਐਨ ਪ੍ਰੋਪਰ ਐਨ ਜੜ੍ਹਾਂ ਨੂੰ ਮਤਲਬ ਕਿ ਨਾ ਵਾਲਾਂ ਨੂੰ ਖੋਲ੍ਹ ਖੋਲ੍ਹ ਕੇ ਪ੍ਰੋਪਰ ਓਇਲਿੰਗ ਕਰਨੀ ਆ। ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਈ, ਇਹ ਜਿਹੜਾ ਓਇਲ ਹੈ ਇਹ ਆਪਾਂ ਕੋਸਾ ਵੀ ਕਰਨਾ ਵਾ, ਠੀਕ ਹੈ, ਇਹਨੂੰ ਕੋਸਾ ਕਰਕੇ ਲਾਉਣਾ ਆਪਾਂ।
ਇੱਕ ਇੰਪੋਰਟੈਂਟ ਚੀਜ਼ ਹੋਰ, ਆਪਾਂ ਨੇ ਆਪਣੇ ਵਾਲਾਂ ਦੇ ਐਂਡ ਪੁਆਇੰਟਸ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਓਇਲਿੰਗ ਦੇ ਨਾਲ। ਇਹਦੇ ਨਾਲ ਅਗਰ ਆਪਾਂ ਇਹ ਨਹੀਂ ਕਰਾਂਗੇ ਨਾ ਤਾਂ ਇਹ ਆਪਣੇ ਦੋ ਮੂਹੇ ਵਾਲ ਆ ਜਾਣਗੇ ਜੇ ਆਪਾਂ ਇਹ ਨਹੀਂ ਕਰਾਂਗੇ। ਅਗਰ ਆਪਾਂ ਟਿਪਸ 'ਤੇ ਓਇਲਿੰਗ ਕਰਾਂਗੇ ਤਾਂ ਪੂਰੇ ਜਿਹੜੀਆਂ ਟਿਪਸ ਨੇ ਉਹ ਵੀ ਹੈਲਦੀ ਰਹਿਣਗੀਆਂ, ਰੁੱਖੀਆਂ ਨਹੀਂ ਰਹਿਣਗੀਆਂ। ਆਪਾਂ ਇਸ ਨੂੰ ਪੂਰੀ ਐਨ ਪ੍ਰੋਪਰ ਓਇਲਿੰਗ ਕਰਾਂਗੇ, ਠੀਕ ਹੈ। ਦਸ ਤੋਂ 15 ਮਿੰਟ ਤੱਕ ਤੁਸੀਂ ਆਪਣੇ ਵਾਲਾਂ ਨੂੰ ਮਸਾਜ ਕਰਨੀ ਆ ਓਇਲ ਦੇ ਨਾਲ। ਫਰੈਂਡਸ, ਇਹ ਓਇਲ ਤੁਸੀਂ 4 ਤੋਂ 5 ਘੰਟੇ ਲਗਾ ਕੇ ਰੱਖਣਾ ਵਾਲਾਂ 'ਤੇ, ਅਤੇ ਫਿਰ ਹੇਅਰ ਵਾਸ਼ ਕਰ ਲੈਣਾ।